ਐ ਮੇਰੀ ਅੱਲਾ ਦੀ ਰਹਿਮਤ ਨਾਲ ਲਿਖੀ ਨਾਤ ਜਿਹੜੀ ਪਿਛਲੀ ਵਾਰਾਂ ਵੀ ਸੁਣਾਗਾ ਹਜ਼ਰਤ ਆਫਤ ਮੁਹੰਮਦ ਰਫੀਕ ਤਾਹਿਰ ਸਾਹਿਬ ਮੱਲਾ ਕਾਰੀ ਅਬੂ ਬਕਰ ਸਿੱਦੀਕ ਸਾਹਿਬ ਦਾ ਹੁਕਮ ਹੈ ਦੋ ਸ਼ੇਰ ਇਹਦੇ ਵੀ ਸੁਣ ਲਓ ਮੈਂ ਮਰਨ ਦਿਆਂ ਆਪ ਹੀ ਗਾਉ ਜੋ ਦੋ ਸ਼ੇਰ ਇਹਦੇ ਤੁਹਾਡੇ ਵਾਸਤੇ ਬੜਾ ਬੈਠੇ ਅਸੀਂ ਠੰਡੇ ਚ ਹੈ ਤੁਸੀਂ ਹੁਣ ਠੰਡੇ ਚ ਆਏ ਹੋ ਇਹ ਤਿੰਨਾਂ ਘੰਟਿਆਂ ਦੇ ਬੈਠੇ ਨੇ ਐਡੇ ਨਖਰੇ ਨਹੀਂ ਹੋਣੇ ਚਾਹੀਦੇ ਸਾਡੇ ਮੁਹੱਬਤ ਤੇ ਪਿਆਰ ਦੇ ਨਾਲ ਅਸਾਂ ਲੋਕਾਂ ਨੂੰ ਦੀਨ ਸੁਣਾਉਣਾ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਹੈ ਲੋਕੋ ਹਰ ਮੁਸ਼ਕਿਲ ਆਪਣੇ ਤੇ ਲੈਣੀ ਹੈ ਲੋਕਾਂ ਨੂੰ ਸਹੂਲਤ ਦੇਣੀ ਹੈ ਅੱਲਾ ਕਰੇ ਦੀਨ ਸੁਣਿਆ ਕਰਨ ਅੱਲਾ ਕਰੇ ਦੀਨ ਦੀਆਂ ਮਜਲਸਾਂ ਦੇ ਅੰਦਰ ਆ ਜਾਣ ਹਜ਼ਰਤ ਦਰਾ ਗੌਰ ਕਰੇ ਆ ਜੇ ਮੁਹੱਬਤ ਤੇ ਪਿਆਰ ਦੀ ਬਾਤ ਹੈ ਇਹ ਦੋ ਸ਼ੇਰ ਨਬੀ ਪਾਕ ਦੀ ਨਾਤ ਦੇ ਸੁਣ ਲਓ ਮੈਂ ਤੇ ਗੁੱਸਾ ਕਰਕੇ ਨਹੀਂ ਜੇ ਛੱਡ ਕੇ ਜਾਂਦਾ ਹੁੰਦਾ ਮੈਂ ਤੇ ਸੁਣਾਉਣੀ ਅੱਲਾ ਦੀ ਰਹਿਮਤ ਦੇ ਨਾਲ ਇਹ ਨੌਕਰੀ ਇਹ ਚੌਕੀ ਇੱਥੋਂ ਹੀ ਅੱਲਾ ਨੇ ਭਾਗ ਲਾਏ ਨੇ ਇਸ ਸਟੇਜ ਤੋਂ ਇਸ ਸਪੀਕਰ ਤੋਂ ਇਸ ਮਾਈਕ ਤੋਂ ਅੱਲਾ ਨੇ ਬੜਾ ਫਜ਼ਲ ਕੀਤਾ ਸਾਡੇ ਉੱਤੇ ਨਹੀਂ ਤੇ ਸਾਡੇ ਜੈਸੇ ਨੌਜਵਾਨ ਅੱਲਾ ਦੀ ਕਸਮੇ ਸੜਕਾਂ ਤੇ ਟਰੱਕਾਂ ਤੋਂ ਪੱਥਰ ਲਾਉਂਦੇ ਨੇ ਪਏ ਔਰ ਲੋਕ ਤੁਤਕਾਰ ਕੇ ਫੂ ਕਰਕੇ ਗਾਲਾਂ ਕੱਢ ਕੇ ਝਿੜਕਾਂ ਦੇ ਕੇ ਉਹਨਾਂ ਦੇ ਕੋਲੋਂ ਦੀ ਲੰਘ ਜਾਂਦੇ ਨੇ ਇਸ ਸਟੇਜ ਦੀ ਵਜ੍ਹਾ ਤੋਂ ਅੱਲਾ ਨੇ ਇੱਜ਼ਤ ਤੇ ਮੁਕਾਮ ਦਿੱਤੀ ਹੈ ਅਸੀਂ ਇਹਦੇ ਨਾਲ ਹਰ ਹਾਲ ਵਿੱਚ ਵਫਾ ਕਰਾਂਗੇ ਇਸ ਵਾਸਤੇ ਲੋਕਾਂ ਜਿਨ੍ਹਾਂ ਮਿਹਨਤ ਕੀਤੀ ਠੰਡ 'ਚ ਬੈਠੇ ਨੇ ਮੈਂ ਤੇ ਪਿਆਰ ਕਰਨਾ ਵਾਂ ਪਿਆ ਜਿਹੜੀ ਗੱਲ ਸੁਣਨ ਵਾਸਤੇ ਬੈਠੇ ਹੋ ਸਰਕਾਰ ਦੀ ਨਾਂ ਤੇ ਲੋਕ ਮੇਰੇ ਪੀਰ ਜਈ ਜੱਗ ਤੇ ਕੋਈ ਸ਼ਾਨ ਵਿਖਾ ਮੈਨੂੰ ਉੱਚੀ ਬੋਲੋ ਹਜ਼ਰਤ ਮਦਨੀ ਸਾਹਿਬ ਨੂੰ ਤੁਹਾਡੀ ਠੰਡ ਦਾ ਫਿਕਰ ਹੈ ਠੰਡ ਦੂਰ ਹੋ ਜਾਏ ਉੱਚੀ ਕਵੋ ਸੁਭਾਨ ਅੱਲਾ ਮੇਰੇ ਪੀਰ ਜਈ ਜੱਗ ਤੇ ਕੋਈ ਸ਼ਾਨ ਵਿਖਾ ਮੈਨੂੰ ਜਿਹੜਾ ਬੋਲੇ ਤੇ ਬਣ ਜਾਏ ਜਿਹੜਾ ਬੋਲੇ ਤੇ ਬਣ ਜਾਏ ਕੁਰਾਨ ਵਿਖਾ ਮੈਨੂੰ ਓਏ ਮੇਰੇ ਪੀਰ ਜਈ ਜੱਗ ਤੇ ਕੋਈ ਸ਼ਾਨ ਵਿਖਾ ਮੈਨੂੰ ਔਰ ਕਿਲੇ ਵਾਲੋ ਪੂਰੀ ਮੁਹੱਬਤ ਦੇ ਨਾਲ ਆਪਣੇ ਮਹਿਬੂਬ ਦਾ ਕਰ ਸੁਣੋ ਉਂਗਲੀ ਮੇਰੇ ਪੀਰ ਦੀਏ ਪਈ ਚੰਨ ਨੂੰ ਚੀਰ ਦੀਏ।